ਸਿੱਖਰ ਸਾਰੇ ਨੂੰ ਸੋ ਮੇਰਾ ਨਾਮ ਗੁਰਵਿੰਦਰ ਸੋ ਅੱਜ ਦਾ ਮੇਰਾ ਜਿਹੜਾ ਵੀਡੀਓ ਹੈ ਉਹ ਪੀਟਰਪਲੱਸਪੀ ਦੀ ਜਿਹੜੀ ਜੇਈ ਦੀ ਵੈਕੈਂਸੀਜ਼ ਜਿਹੜਾ ਐਡਵਰਟਾਈਜ਼ਮੈਂਟ ਨੰਬਰ 6 ਆਫ 2023 ਸੀਗਾ ਉਸ ਦੇ ਰਿਲੇਟਡ ਹੈ ਉਸ ਦਾ ਫਾਰਮ ਫਰਮ ਦਾ ਲਾਸਟ ਡੇਟ ਤੁਹਾਨੂੰ ਪਤਾ ਹੈ ਕਿ ਅੱਜ ਤੱਕ ਸੀਗਾ 21 ਤਾਰੀਖ ਦਾ ਅੱਜ ਦਾ ਲਾਸਟ ਡੇਟ ਸੀਗਾ ਉਸ ਵਿੱਚ ਜਿਸ ਨੂੰ ਉਹਨਾਂ ਨੇ ਐਕਸਟੈਂਡ ਕਰਕੇ ਇਹਨਾਂ ਨੇ ਇੱਕ ਨੋਟੀਫਿਕੇਸ਼ਨ ਜਾਰੀ ਕਰਿਆ ਹੈ ਜਿਸ ਦੇ ਵਿੱਚ ਇਹਨਾਂ ਨੇ ਬੋਲਿਆ ਕਿ ਇਸ ਦੇ ਜਿਹੜਾ ਲਾਸਟ ਡੇਟ ਫਿਲ ਕਰਨ ਦਾ ਜਿਹੜਾ ਹੈ ਉਸ ਦੀ ਡੇਟ ਐਕਸਟੈਂਡ ਹੋ ਗਈ ਹੈ 28 ਅਕਤੂਬਰ ਹੋ ਗਈ ਹੈ ਤੇ ਫੀਸ ਭਰਨ ਦੀ ਜਿਹੜੀ ਦੀ ਲਾਸਟ ਡ ਜਿਹੜੇ ਵੀ ਮਿਸ ਕਰ ਰਹੇ ਆ ਹਲੇ ਵੀ ਜਿਹੜੇ ਅੱਜ ਲਾਸਟ ਡੇਟ ਸੋਚ ਕੇ ਬੈਠੇ ਕਿਉਂਕਿ ਲਾਸਟ ਡੇਟ ਤੇ ਪ੍ਰੋਬਲਮ ਜਾਂਦੀ ਕਿ ਬਹੁਤ ਇਸ਼ੂਜ਼ ਆਨੇ ਆ ਵੈਬਸਾਈਟ ਦੇ ਉੱਪਰ ਕਿਉਂਕਿ ਬਹੁਤ سارے ਬੱਚੇ ਇਕੱਠੇ ਫਾਰਮ ਫਿਲ ਕਰ ਲਏ ਹੁੰਦੇ ਆ ਤਾਂ ਸਰਵਰ ਵਗੈਰਾ ਤੇ ਕੋਈ ਨਾ ਕੋਈ ਇਸ਼ੂ ਆਂਦਾ ਤਕਰੀਬਰ ਪੇਮੈਂਟ ਨਹੀਂ ਹੋ ਰਹੀ ਜਾਂ ਫਿਰ ਫਾਰਮ ਨਹੀਂ ਫਿਲ ਹੋ ਰਿਹਾ ਤਾਂ ਆਪਾਂ ਨੇ ਲਾਸਟ ਡੇਟ ਤੱਕ ਨਹੀਂ ਜਾਣਾ ਜਿਹੜੇ ਜਿਹੜੇ ਵੀ ਤੁਸੀਂ ਇਸ ਦੇ ਵਿੱਚ ਅਪਲਾਈ ਕਰਨਾ ਚਾਹੁੰਦੇ ਹੋ ਡੇਟ ਐਕਸਟੈਂਡ ਹੋ ਗਈ ਹੈ ਲੇਕਿਨ ਐਟਲੀਸਟ ਅਗਲੇ 2-3 ਦਿਨ ਦੇ ਵਿੱਚ ਇਸ ਨੂੰ ਫਾਰਮ ਨੂੰ ਅਪਲਾਈ ਕਰ ਦਿਓ ਕਿਉਂਕਿ ਅਦਰਵਾਇਜ਼ ਅਗੇਨ ਜਿਵੇਂ ਮ ਹੁਣ ਦੂਸਰਾ ਚੀਜ਼ ਜਿਹੜਾ ਹੈ ਇਸ ਦੇ ਵਿੱਚ ਮੈਨੂੰ ਜਿਹੜੀ ਕੁਐਰੀਜ਼ ਆ ਰਹੀਆਂ ਹਨ ਉਹ ਹੈ ਰਿਲੇਟਡ ਟੂ ਦਾ ਐਗਜ਼ਾਮ ਪ੍ਰਪਰੇਸ਼ਨ ਪਹਿਲਾ ਕੁਐਰੀ ਆਉਂਦੀ ਹੁੰਦੀ ਸੀਗਾ ਸਰ ਨੋਟੀਫਿਕੇਸ਼ਨਸ ਕਦੋਂ ਆਏਗਾ ਦੂਸਰਾ ਕੁਐਰੀ ਆਏਗਾ ਸਰ ਪੇਪਰ ਕਦੋਂ ਹੋਏਗਾ ਤੀਸਰਾ ਕੁਐਰੀ ਆ ਰਿਹਾ ਹੈ ਸਰ ਹੋਰ ਵੈਕੈਂਸੀਜ਼ ਕਦੋਂ ਆਉਣਗੀਆਂ ਚੌਥਾ ਕੁਐਰੀ ਆਏਗਾ ਸਰ ਇਸ ਦੀ ਵੈਕੈਂਸੀ ਕਦੋਂ ਆਉਣਗੀਆਂ ਇਸ ਦੀ ਕਦੋਂ ਆਉਣਗੀਆਂ ਮਤਲਬ ਆਪਾਂ ਤਿਆਰੀ ਹਲੇ ਵੀ ਸਟਾਰਟ ਨਹੀਂ ਕਰੀਏਗੀ ਮਤਲਬ ਕਿਉਂਕਿ ਤੁਹਾਨੂੰ ਪਤਾ ਇੰਜੀਨੀਅਰਸ ਕਰਿਓ ਪੈਂਟ ਇਸ ਰੀਜਨ ਦਾ ਸਰਨਾ ਬੜਾ ਪਲੇਟਫਾਰਮ ਹੈ ਔਰ ਆਨਲਾਈਨ ਦੇ ਵਿੱਚ ਯੂਰਪੀਡ ਇੱਕ ਬਹੁਤ بڑا ਪਲੇਟ ਫੈਕਟ ਜੋ ਹੈ ਮਤਲਬ ਮੈਂ ਅਗਰ ਕੰਪੈਰੀਜ਼ਨ ਕਰਾਂ ਪੰਜਾਬ ਦਾ ਅਦਰ ਸਟੇਟਸ ਦੇ ਨਾਲ ਰਾਜਸਥਾਨ ਨਾਲ ਯੂਪੀ ਦੇ ਬੱਚਿਆਂ ਨਾਲ ਬਿਹਾਰ ਦੇ ਬੱਚਿਆਂ ਨਾਲ ਮੱਧ ਪ੍ਰਦੇਸ਼ ਦੇ ਬੱਚਿਆਂ ਨਾਲ ਉਹ ਆਪਣੇ ਮਿਲੂ ਬਹੁਤ ਟਾਈਮਲੀ ਪ੍ਰਪੇਅਰ ਕਰਕੇ ਰੱਖਦੇ ਆਂ ਤੇ ਉਹ ਵੇਟ ਨਹੀਂ ਕਰਦੇ ਕਿ ਵੈਕੈਂਸੀਸ ਕਦੋਂ ਆਉਣਗੀਆਂ ਕਿਉਂਕਿ ਉਹਨਾਂ ਨੂੰ ਪਤਾ ਵੈਕੈਂਸੀ ਤਾਂ ਆਣੀ ਹੀ ਹੈ ਯਾਰ ਗਵਰਨਮੈਂਟ ਕਿਵੇਂ ਸਿਸਟਮ ਰੋਕ ਸਕਦਾ ਹੈ ਮਤਲਬ ਆਪਾਂ ਕਿਵੇਂ ਕਹਿ ਸਕਦੇ ਆ ਕਿ ਹੁਣ ਤਾਂ ਵੈਕੈਂਸੀਸ ਆਣੀ ਨਹੀਂ ਹੈ ਹਾਂ ਇਹ ਜ਼ਰੂਰ ਹੈ ਉਹ ਲੇਟ ਵੇਟ ਜ਼ਰੂਰ ਹੋ ਜਾਂਦਾ ਕਿ ਠੀਕ ਹੈ ਇਹ ਹਲੇ ਨਹੀਂ ਆਇਆ ਤਾਂ 2 ਮਹੀਨੇ ਬਾਅਦ ਆਰੇਗਾ 6 ਮਹੀਨੇ ਬਾਅਦ ਆਰੇਗਾ 1 ਸਾਲ ਬਾਅਦ ਆ ਜਾਏਗਾ ਉਹਨਾਂ ਨੂੰ ਪਤਾ ਵੈਕੈਂਸੀਸ ਆਣੀ ਹੁੰਦੀਆਂ ਤੇ ਉਹ ਉਸਦੇ ਲਈ ਆਪਣੇ ਆਪ ਨੂੰ ਬਹੁਤ ਟਾਈਮਲੀ ਪ੍ਰਪੇਅਰ ਕਰਕੇ ਰੱਖਦੇ ਆਂ अपने प्रॉब्लम क्या है पाँल वेट करी जाएंगे जो वेट करेंगे फिर उस तो बाद आप कुछ होर ही डिमांड करी जाएंगे अदरवाइज हो फिर क्या करेंगे जो आ गया फिर आप डिमांड करी जाएंगे सर इसका पेपर कदों होगा शायद उसके अकॉर्डिंगली आप अपनी स्ट्रैटी बनाएंगे कि जो डिक्लेयर करते हैं डिपार्टमेंट ने कि अभी फरवरी से पेपर लेंगे या मार्च पेपर लेंगे फिर आप डिसाइड करेंगे फिर जो फाइनली डेट अनाउंस कर देंगे फिर आप लगता यार हूँ तो मेरे तो होना ही नहीं है यह प्रॉब्लम है ਪੰਜਾਬ ਰੀਜਨ ਦੀ ਪ੍ਰੋਬਲਮ ਹੈ ਸਰਨਾ ਬੜੀ ਪ੍ਰੋਬਲਮ ਹੈ ਇਹ ਮੈਂ ਬਾਕੀ ਸਟੂਡੈਂਟਸ ਨੂੰ ਦੇਖ ਰਿਹਾ ਉੱਥੇ ਨਹੀਂ ਹੈ ਪ੍ਰੋਬਲਮ ਇਹ ਤਾਂ ਇਸ ਕਰਕੇ ਅਗੇਨ ਮੈਂ ਹੁਣ ਫੇਰ ਇੱਕ ਹੀ ਚੀਜ਼ ਹੋਰ ਸਟੇਟਮੈਂਟ ਹੀ ਦੇ ਜਾ ਰਿਹਾ ਕਿ ਜਿੰਨੀ ਵੀ ਵੈਕੈਂਸੀਜ਼ ਹੈ ਨਾ ਅਗੇਨ ਸਟੇਟਸ ਦੇ ਵਿੱਚੋਂ ਖਾਲੀ ਜਾਣਗੀਆਂ ਰੀਜ਼ਨ ਮੈਂ ਤੁਹਾਨੂੰ ਫੈਕਟ ਦੱਸ ਰਿਹਾ ਤੁਸੀਂ ਹਲੇ ਵੀ ਨਹੀਂ ਪੜ ਰਹੇ ਹੋ ਆਪਣੇ ਉਹਨਾਂ ਕੁਐਸਚਨ ਪੁੱਛ ਕੇ ਦੇਖੋ ਕਿ ਜਿਹੜੇ ਖਾਸ ਕਰਕੇ 셀ਫ ਸਟੱਡੀ ਕਰ ਰਹੇ ਹੋ ਕੀ ਤੁਸੀਂ ਜਸਟੀਫਿਕੇਸ਼ਨ ਕਰ ਰਹੇ ਹੋ ਆਪਣੀ ਪ੍ਰੋਗਰੈਸ਼ਨ ਦੇ ਨਾਲ ਤੁਸੀਂ ਕਿੰਨੋਂ ਜਸਟੀਫਿਕੇਸ਼ਨ ਕਿਵੇਂ ਚੈੱਕ ਕਰੋਗੇ ਪਹਿਲਾਂ ਤੁਸੀਂ ਕਿੰਨਾ ਕੁ ਟਾਈਮ ਡਿਵੋਟ ਕਰ ਰਹੇ ਹੋ ਪਰ ਡੇ ਦੇ ਸਾਹਮਣੇ ਦੂਸਰਾ ਜਿੰਨਾ ਵੀ ਤੁਸੀਂ ਟਾਈਮ ਡਿਵੀਡ ਕਰ ਰਹੇ ਹੋ ਉਸਦੇ ਦੀ ਤੁਸੀਂ ਕਿੰਨੀ ਕਨਸੈਂਟਰੇਸ਼ਨ ਨਾਲ ਪੜ੍ਹ ਰਹੇ ਹੋ ਕਿ ਕੀ ਤੁਹਾਡੇ ਕੋਲ ਬਿਲਕੁਲ ਰਿਲੇਵੈਂਟ ਕੰਟੈਂਟ ਹੈ ਉਸ ਐਗਜ਼ਾਮ ਨੂੰ ਕਰੈਕ ਕਰਨ ਦੇ ਲਈ ਤੀਸਰਾ ਕੁਐਸਚਨਸ ਪ੍ਰੈਕਟਿਸ ਕਿੰਨਾ ਕੁ ਕਰ ਰਹੇ ਹੋ ਕਿਉਂਕਿ ਕੁਐਸਚਨ ਪ੍ਰੈਕਟਿਸ ਇੱਕ ਐਸੀ ਚੀਜ਼ ਹੈ ਕਿ ਜਿਸ ਦੇ ਜਿਸ ਤੋਂ ਅਗਰ ਤੁਸੀਂ ਕੁਐਸਚਨ ਪ੍ਰੈਕਟਿਸ ਨਹੀਂ ਕਰੋਗੇ ਤੁਹਾਨੂੰ ਕੰਫੀਡੈਂਸ ਆਏਗਾ ਹੀ ਨਹੀਂ ਤਾਂ ਕੁਐਸਚਨ ਪ੍ਰੈਕਟਿਸ ਕਰਨਾ ਬਹੁਤ 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 ਜ਼ਿਆਦਾ ਇੰਪੋਰਟੈਂਟ ਪਾਰਟ ਹੈ ਮਤਲਬ ਮੈਂ ਬੋਲੂੰਗਾ ਕਿ ਸਪੈਸ਼ਲੀ ਜੇਈ ਦੇ ਐਗਜ਼ਾਮ ਦੇ ਲਈ ਥਿਉਰੀ ਨਾਲੋਂ ਜ਼ਿਆਦਾ ਜਿਹੜਾ ਇੰਪੋਰਟੈਂਟ ਹੈ ਉਹ ਕੁਐਸਚਨ ਪ੍ਰੈਕਟਿਸ ਕਰਨਾ ਹੈ ਆਲਦੋ ਕਿ ਥਿਉਰੀ ਤਾਂ ਆਪਾਂ ਨੇ ਕਰਨੀ ਹੈ ਔਰ ਉਸੇ ਤਰੀਕੇ ਨਾਲ ਚੀਜ਼ਾਂ ਚੱਲ ਵੀ ਰਹੀਆਂ ਹੈ ਆਪਣੇ ਮੋਡਿਊਲ ਦੇ ਵਿੱਚ ਤਾਂ ਪਹਿਲਾਂ ਥਿਉਰੀ ਫਿਰ ਕੁਐਸਚਨ ਪ੍ਰੈਕਟਿਸ ਕਰੋ ਤੀਸਰਾ ਪਾਰਟ ਆ ਜਾਏਗਾ ਫਿਰ ਟੈਸਟਿੰਗ ਵਾਲਾ ਪਾਰਟ ਟੈਸਟਿੰਗ ਵਾਲੇ ਪਾਰਟ ਤੋਂ ਮਤਲਬ ਕੀ ਹੈ ਕਿ ਜਦੋਂ ਇੱਕ ਵਾਰ ਸਭ ਤਿਆਰੀ ਹੋ ਗਿਆ ਮੇਰਾ ਮੇਰਾ ਅੱਜ ਇਸ ਵੇਕ ਸਟਾਰਟ ਹੋ ਗਿਆ ਸਰ ਸਰਵੇਇੰਗ ਮੇਰਾ ਕੰਪਲੀਟ ਹੋ ਗਿਆ ਮੈਂ ਇਸ ਦੇ ਕੁਐਸਚਨਸ ਵੀ ਲਗਾ ਲਏ ਮੈਂ ਸਭ ਕੁਝ ਕਰ ਲਿਆ ਹੁਣ ਸਰ ਕੀ ਕਰਨਾ ਹੈ ਨੈਕਸਟ ਹੁਣ ਤੁਸੀਂ ਕੀ ਕਰਨਾ ਹੈ ਆਪਣੇ ਨੂੰ ਟੈਸਟ ਕਰੋ ਸਰਵੇਇੰਗ ਦੇ ਲਈ ਕਿ ਜਿੰਨਾ ਤੁਸੀਂ ਸਰਵੇ ਪੜਿਆ ਹੈ ਕਿਉਂ ਉਸ ਦੇ ਬੇਸ ਤੇ ਤੁਸੀਂ ਟੈਸਟ ਲਗਾ ਪਾ ਰਹੇ ਹੋ ਕਿੰਨੇ ਕੁਐਸਚਨਸ ਦੇ ਵਿੱਚ ਤੁਸੀਂ ਕਰੈਕਟ ਕਰ ਪਾ ਰਹੇ ਹੋ ਇਹ ਬਹੁਤ ਇੰਪੋਰਟੈਂਟ ਚੀਜ਼ ਹੈ ਜਿਹੜੀ ਮੈਂ ਤੁਹਾਨੂੰ ਹੁਣੇ ਦੱਸ ਰਿਹਾ ਦੱਸ ਰਿਹਾ ਮੈਂ ਤਾਂ ਇਹ ਚਾਰ ਸਟ੍ਰੈਟਜੀ ਹੈ ਜਿਹੜੀ ਆਪਾਂ ਨੇ ਕਰਨੀ ਹੈ ਇਸ ਦੇ ਵਿੱਚ ਰਾਈਟ ਐਗਜ਼ਾਮ ਕਦੋਂ ਹੋਏਗਾ ਇਹ ਡਾਊਟ ਹੈ ਬੱਚਿਆਂ ਦੇ ਦਿਮਾਗ 'ਚ ਮੈਂ ਤੁਹਾਨੂੰ ਪਹਿਲਾਂ ਵੀ ਦੱਸਿਆ ਕਿ ਐਗਜ਼ਾਮ ਦਾ ਜਿਹੜਾ ਟੈਂਟੇਟਿਵ ਡੇਟ ਹੈ ਉਹ ਫਰਵਰੀ ਦੇ ਐਂਡ ਦੇ ਵਿੱਚ ਯਾ ਮਨ ਲ 2 ਫਰਵਰੀ ਤੋਂ ਬਾਅਦ ਕਦੇ ਵੀ ਹੋ ਸਕਦਾ ਹੈ ਜੋ ਮੈਂ ਹਲੇ ਤੱਕ ਪਤਾ ਕਰਿਆ ਉਹ ਮਾਰਚ ਦੇ ਵਿੱਚ ਵੀ ਜਾ ਸਕਦਾ ਹੈ ਫਰਵਰੀ ਦੇ ਐਂਡ ਦੇ ਵਿੱਚ ਵੀ ਹੋ ਸਕਦਾ ਹੈ ਜੋ ਮੈਂ ਹਲੇ ਤੱਕ ਪਤਾ ਕਰਿਆ ਜਿੰਨਾ ਕਿ ਇਨਫੋਰਮੇਸ਼ਨ ਮਨੂ ਹੈ ਔਰ ਜਿਸ ਦੇ ਬੇਸ ਤੇ ਮੈਂ ਤੁਹਾਨੂੰ ਇਹ ਤੁਹਾਨੂੰ ਦੱਸ ਰਿਹਾ ਮੈਂ ਲੇਕਿਨ ਅਗੇਨ ਮੈਂ ਹੀ ਬੋਲੂਗਾ ਕਿ ਇਹ ਤੁਹਾਡੇ ਲਈ ਕੋਈ ਲਾਸਟ ਐਗਜ਼ਾਮ ਨਹੀਂ ਹੈ 10 ਔਫ 2023 ਦੀ ਵੀ ਐਡਵਰਟਾਈਜ਼ਮੈਂਟ ਆਈ ਹੋਈ ਹੈ ਇਸ ਤੋਂ ਇਲਾਵਾ ਹੋਰ ਵੀ ਵੈਕੈਂਸੀਜ਼ ਆਣੀਆਂ ਸਰਨਾ ਪਹਿਲਾ ਚੀਜ਼ ਮੇਨ ਮੈਟਰ ਕਰਦੀ ਹੈ ਜਿਹੜੀ ਮੈਂ ਤੁਹਾਨੂੰ ਬੋਲ ਕੇ ਹਟਿਆ ਜਸਟੀਫਿਕੇਸ਼ਨ ਤੁਹਾਡੀ ਪ੍ਰੋਫੈਸ਼ਨ ਦੇ ਨਾਲ ਅਗਰ ਤੁਸੀਂ ਇਹ ਪ੍ਰੋਫੈਸ਼ਨ ਨੂੰ ਜਸਟੀਫਾਈ ਕਰ ਰਹੇ ਕਵੈਸਚਨ ਪੁੱਛ ਰਹੇ ਹੋ ਕਿ ਕੀ ਯਾਰ ਤੂੰ ਜਸਟੀਫਿਕੇਸ਼ਨ ਕਰ ਰਹਾ ਹੈ ਮਤਲਬ ਕਿ ਆ ਜਿਹੜਾ ਤੇਰਾ ਜਿਹੜਾ ਦਿਨ ਸੀਗਾ ਉਹ ਜਸਟੀਫਾਈਡ ਹੈ ਪ੍ਰੋਫੈਸ਼ਨ ਦੇ ਅਕੋਰਡਿੰਗ ਅਗਰ ਅਨਸਰ ਨਹੀਂ ਆ ਰਿਹਾ ਹੈ ਦੈਨ ਇਟ ਮੀਨਸ ਯੂ ਆਰ ਨੋਟ ਔਨ ਦਾ ਰਾਈਟ ਟਰੈਕ ਤੁਸੀਂ ਸਹੀ ਰਸਤੇ ਦੇ ਉੱਪਰ ਨਹੀਂ ਹੋ ਤੁਹਾਨੂੰ ਆਪਣੇ ਆਪ ਨੂੰ ਟਰੈਕ ਤੇ ਲਿਆਉਣਾ ਪਏਗਾ ਤੁਹਾਨੂੰ ਪ੍ਰੋਫੈਸ਼ਨ ਕਰਨੀ ਪਏਗੀ ਤੁਹਾਨੂੰ ਰੈਲੇਵੈਂਟ ਕੰਟੈਂਟ ਨਾਲ ਪ੍ਰੋਫੈਸ਼ਨ ਕਰਨਾ ਪਏਗਾ ਸੋ ਦੈਟ ਕਿ ਤੁਸੀਂ ਆਪਣੇ ਸਿਲੈਕਸ਼ਨ ਨੂੰ ਅਸ਼ੂਰ ਕਰ ਸਕੋ ਆਦਰਵਾਇਜ਼ ਅਗੇਨ ਮਤਲਬ ਸਿੱਟਾ ਵਜੇਗੇ ਬੈਕਲੋਗ ਆਏਗਾ ਅਗਲੀ ਵਾਰ ਆ ਜਾਏਗਾ ਉਸ ਨੂੰ ਕੋਈ ਹੋਰ ਲੈ ਜਾਏਗਾ ਓਪਰਚ्युनिटीज ਮਿਸ ਹੋ ਜੇਗੀਆਂ ਡੀਮੋਟਿਵੇਟ ਤੁਸੀਂ ਹੋਰ ਲੱਗਦੋ ਹੋਗੇ ਅਗਰ ਸਪੋਜ਼ ਪੇਪਰ ਨਹੀਂ ਨਿਕਲਦਾ ਹੈਗਾ ਤਾਂ ਇਹ ਚੀਜ਼ਾਂ ਆਪਾਂ ਨੇ ਜਿਹੜੀਆਂ ਹੈ ਨਹੀਂ ਅਗਰ ਆਪਰ ਤੁਸੀਂ ਨਹੀਂ ਕਰਨਾ ਚਾਹੁੰਦੇ ਇਹ ਚੀਜ਼ਾਂ ਤਾਂ ਤੁਸੀਂ ਆਪਣੀ ਪ੍ਰਪਰੇਸ਼ਨ ਸਟਾਰਟ ਕਰਦੋ ਪ੍ਰਪਰੇਸ਼ਨ ਕੰਟੀਨਿਊ ਕਰਦੋ ਮੈਂ ਇਹ ਨਹੀਂ ਕਹਿੰਦਾ ਕਿ ਮੇਰੇ ਨਾਲ ਕਰੋ ਸੈਲਫ ਸਟਡੀ ਕਿਉਂਕਿ ਐਗਜ਼ਾਮ ਨਿਕਲਣਾ ਹੀ ਸੈਲਫ ਸਟਡੀ ਦੇ ਨਾਲ ਹੈ ਲੇਕਿਨ ਉਸ ਲਈ ਤੁਹਾਨੂੰ ਚਾਹੀਦਾ ਰੈਲੇਵੈਂਟ ਕੰਟੈਂਟ ਚਾਹੀਦਾ ਹੈ ਰੈਲੇਵੈਂਟ ਕੁਐਸਚਨ ਚਾਹੀਦੇ ਆ ਇੱਕ ਇੱਕ ਬੈਸਟ ਮੈਂਟਰ ਚਾਹੀਦਾ ਹੈ ਟੀਚਰ ਚ ਕੋਚਿੰਗ ਤੁਸੀਂ ਲਗਾਉਗੇ ਤਾਂ ਤੁਹਾਡਾ ਸੈLECTION ਹੋ ਜਾਏਗਾ ਲੇਕਿਨ ਪੁਆਇੰਟ ਇਹ ਆਉਂਦਾ ਹੈ ਕਿ ਜਦੋਂ ਤੁਸੀਂ ਪ੍ਰੋਫੈਸ਼ਨਿੰਗ ਕਰਦੇ ਹੋ ਕਿਸੇ ਪਲੈਟਫਾਰਮ ਦੇ ਨਾਲ ਤਾਂ ਤੁਹਾਨੂੰ ਉਹ ਸਾਰਾ ਐਫਰਟ ਮਤਲਬ ਜੋ ਤੁਹਾਨੂੰ ਇੰਡੀਵਿਜੂਅਲੀ ਸਰ ਕਿਹੜੀ ਬੁੱਕ ਚੋਂ ਪੜ੍ਹਨਾ ਹੈ ਕਿੰਨਾ ਕੰਟੈਂਟ ਪੜ੍ਹਨਾ ਹੈ ਕੀ ਪੜ੍ਹਨਾ ਹੈ ਉਹ ਸਾਰਾ ਖਤਮ ਹੋ ਜਾਂਦਾ ਹੈ ਤੁਹਾਨੂੰ ਟੂ ਦਾ ਪੁਆਇੰਟ ਵੀਡੀਓ ਲੈਕਚਰਸ ਮਿਲ ਜਾਂਦੇ ਨੇ ਟੂ ਦਾ ਪੁਆਇੰਟ ਤੁਹਾਨੂੰ ਪੀਡੀਐਫ ਨੋਟਸ ਮਿਲ ਜਾਂਦੇ ਨੇ ਟੂ ਦਾ ਪੁਆਇੰਟ ਤੁਹਾਨੂੰ ਕੁਐਸਚਨਸ ਮਿਲ ਜਾਂਦੇ ਨੇ ਫਿਰ ਤੁਹਾਨੂੰ ਇੱਧਰ ਉੱਧਰ ਹੋਰ ਦੇਖਣ ਦੀ ਲੋੜ ਨਹੀਂ ਪੈਂਦੀ ਤੁਸੀਂ ਬਸ ਉਸ ਕੰਟੈਂਟ ਨੂੰ ਕੰਪਲੀਟ ਕਰਨਾ ਹੈ ਅਗਰ ਤੁਸੀਂ ਉਹ ਕੰਟੈਂਟ ਕੰਪਲੀਟ ਕਰ ਰਹੇ ਆ ਤਾਂ ਡੈਮ ਸ਼ੋਰ ਮੈਂ ਤੁਹਾਨੂੰ ਅਗੇਨ ਗਾਰੰਟੀ ਪਹਿਲਾਂ ਵੀ ਦਿੱਤੀ ਹੈ ਹੁਣ ਵੀ ਦੇ ਰਿਹਾ ਕਿ ਜਿੰਨਾ ਕੰਟੈਂਟ ਅਸੀਂ ਕਰਵਾਏਗੇ ਉਸ ਦੇ ਵਿੱਚੋਂ ਹੀ ਐਗਜ਼ਾਮ ਆਏਗਾ ਔਰ ਅੱਗੇ ਵੀ ਪਹਿਲਾਂ ਵੀ ਬਹੁਤ ਪ੍ਰੋਫੈਸ਼ਨ ਹੋਈਆਂ 72 ਸਿਲੈਕਸ਼ਨ ਪੀਪੀਐਸਸੀ ਜੇਈ ਵਾਲੀ ਹੋਈ ਸੀਗੀਆਂ 23 ਸਿਲੈਕਸ਼ਨ ਜਿਹੜੀ ਐਸਡੀਓ ਦੀਆਂ ਹੋਈ ਸੀਗੀਆਂ ਕਹਿਣਾ ਬਹੁਤ ਆਸਾਨ ਹੈ ਸਿਰਫ ਫਿਗਰ ਹੈ ਇੰਨਾ ਤੁਸੀਂ ਕਹਿੰਦੇ ਆ ਸਰ ਠੀਕ ਹੈ ਤੁਸੀਂ ਕਹਿਣ ਤੁਸੀਂ 100 ਵੀ ਕਹਿ ਸਕਦੇ ਹੋ 150 ਵੀ ਕਹਿ ਸਕਦੇ ਹੋ ਲੇਕਿਨ ਮੈਂ ਉਹ ਫਿਗਰ ਦੇ ਰਿਹਾ ਜਿਹੜਾ ਫੈਕਟ ਹੈ ਔਰ ਜਿਹੜੀ ਮੈਂ ਹਰ ਬੱਚੇ ਦੇ ਫੁੱਲ ਡਿਟੇਲ ਦੇ ਨਾਲ ਵਿਦ ਕੰਟੈਕਟ ਨੰਬਰ ਉਹਨਾਂ ਬੱਚਿਆਂ ਦਾ ਡਿਟੇਲ ਜਿਹੜਾ ਮੈਂ ਆਪਣੇ ਵੈਬਸਾਈਟ ਤੇ ਪਾਇਆ ਹੋਇਆ ਹੈ ਉਹਥੈਂਟੀਸਿਟੀ ਹੁੰਦੀ ਹੈ ਕਿਸੇ ਵੀ ਜਿਹੜੀ ਹੈ ਅ ਇੰਸਟੀਚੂਟ ਦੀ ਕਿ ਜੋ ਤੁਸੀਂ ਆਪਣੀ ਫੋਟੋ ਲਗਾ ਰਹੇ ਹੋ ਉਸ ਦੀ অথেন্টিਸਿਟੀ ਹੈ ਇਹ ਨਹੀਂ ਕਿ ਉਸਨੇ ਤੁਹਾਡੀ ਤਾਂ ਟੈਸਟ ਸੀਰੀਜ਼ ਲਈ ਜਾਂ ਤੁਹਾਡੇ ਕੋਲ ਜਾ ਕੇ ਇੱਕ ਇੰਟਰਵਿਊ ਲਗਾ ਲਈ ਤੇ ਤੁਸੀਂ ਉਸ ਦਾ ਫੋਟੋ ਲਗਾ ਦਿੱਤਾ ਕਿ ਹਾਂ ਸਾਡਾ ਸੈLECTION ਹੈ ਉਹ ਇੱਕ ਗਲਤ ਚੀਜ਼ ਹੈ ਅਗਰ ਤੁਸੀਂ ਇੰਟਰਵਿਊ ਦੇਇਆ ਤਾਂ ਇੰਟਰਵਿਊ ਚ ਉਸ ਨੂੰ ਲਗਾਓ ਅਗਰ ਟੈਸਟ ਸੀਰੀਜ਼ ਹੈ ਤਾਂ ਉਸ ਨੂੰ ਟੈਸਟ ਸੀਰੀਜ਼ ਚ ਲਗਾਓ ਆਦਰਿ ਉਸ ਨੂੰ ਕਲੇਮ ਕਰਨਾ ਕਿਸੇ ਹੋਰ ਦੀ ਐਫਰਟ ਨੂੰ ਔਰ ਕਲੇਮ ਕਰਨਾ ਉਹ ਇੱਕ ਗਲਤ ਚੀਜ਼ ਹੋ ਜਾਂਦੀ ਹੈ ਰਾਈਟ ਯੂਰਪੀਡਿਆ ਇੰਜੀਨੀਅਰ ਕੈਰੀਅਰ ਪੁਆਇੰਟ অথੈਨਟਿਕ ਪਲੈਟਫਾਰਮ ਹੈ ਇਸ ਨੂੰ ਫੋਲੋ ਕਰੋ ਬਹੁਤ ਬੱਚਿਆਂ ਨਾਲ ਪਹਿਲਾਂ ਵੀ ਦੇ ਵਿੱਚ ਸੈলেকਸ਼ਨ ਹੋ ਬਾਕੀ ਹੋਰ ਇੰਸਟੀਟਿਊਟ ਛੱਡ ਛੱਡ ਕੇ ਮੇਰੇ ਕੋਲ ਬੱਚੇ ਆ ਰਹੇ ਆ ਉਰੇ ਕਿ ਸਰ ਉੱਥੇ ਤਾਂ ਕੁਝ ਨਹੀਂ ਚੱਲ ਰਿਹਾ ਠੀਕ ਹੈ ਨਾ ਕਲਾਸਿਸ ਦੁੰਦੀਆਂ ਟਾਈਮ ਤੇ ਨਾ ਸਰ ਕੋਈ ਰੈਲੇਵੈਂਟ ਕੰਟੈਂਟ ਆਂਦਾ ਹੈ ਸਿਰਫ ਹਫਤੇ ਦੇ ਵਿੱਚ ਦੋ ਦੋ ਤਿੰਨ ਤਿੰਨ ਕਲਾਸਿਸ ਹੋ ਰਹੀਆਂ ਮੇਰੇ ਮੇਰੀ ਸਮਝ ਤੋਂ ਬਾਹਰ ਹੈ ਕਿ ਇਸ ਦੇ ਨਾਲ ਫੁਲ ਕੰਟੈਂਟ ਕਿਵੇਂ ਕੰਪਲੀਟ ਹੋਏਗਾ ਔਰ ਫਾਰਮੈਲਿਟੀ ਹੋ ਜਾਏਗੀ ਠੀਕ ਹੈ ਸਿਲੇਬਸ ਕੰਪਲੀਟ ਹੋ ਗਿਆ ਲੇਕਿਨ ਤੁਹਾਨੂੰ ਕੰਫੀਡੈਂਸ ਹੀ ਨਹੀਂ ਆਇਆ ਕੁਐਸਚਨ ਪ੍ਰੈਕਟਿਸ ਕਰਨ ਦਾ ਕੁਐਸਚਨਸ ਲਗਾਉਣ ਦਾ ਪ੍ਰੈਕਟਿਸ ਜਿਹੜਾ ਹੈ ਉਹ ਬਹੁਤ ਜ਼ਿਆਦਾ ਇੰਪੋਰਟੈਂਟ ਹੈ ਕੁਐਸਚਨ ਜਦੋਂ ਕੋਈ ਕੁਐਸਚਨ ਤੁਹਾਨੂੰ ਡਾਟਾਬੇਸ ਮਿਲੇਗਾ ਜਾਂ ਫੈਕਟੋਰੀਅਲ ਕੁਐਸਚਨ ਮਿਲੇਗਾ ਤਾਂ ਤੁਸੀਂ ਉਸ ਦੇ ਵਿੱਚ ਜਿਹੜੀਆਂ ਵਨ ਲਾਈਨਰ ਦੀ ਫਾਰਮ ਚ ਲਗਾਨੀ ਹੈ ਅਗਰ ਕਿਸੇ ਨੇ ਮੇਰੀ ਵੀਡੀਓ ਨਹੀਂ ਸੁਣੀ ਹੈਗੀ ਹਾਊ ਟੂ ਗੈਟ ਐਕਸਟਰਾ ਟੈਂਡ ਟੂ 15 ਮਾਰਕਸ ਬਾਈ ਕੋ ਪ੍ਰੈਕਟਿਸਿੰਗ ਦਾ ਕੁਐਸਚਨ ਉਹ ਵੀਡੀਓ ਦੇਖ ਲੈਣਾ ਮੈਂ ਇਸ ਵੀਡੀਓ ਦੇ ਐਂਡਰ ਦੇ ਵਿੱਚ ਵੀ ਉਸ ਨੂੰ ਲਿੰਕ ਕਰ ਦਾਂਗਾ ਤਾਂ ਉੱਥੇ ਤੁਹਾਨੂੰ ਪਤਾ ਲੱਗ ਜਾਏਗਾ ਕਿ ਮੈਂ ਜਿਹੜਾ ਮੇਰਾ ਸਿਲੈਕਸ਼ਨ ਨੂੰ ਰਿਜੈਕਸ਼ਨ ਬਾਰਡਰ ਤੋਂ ਇੱਧਰ ਜਾਂ ਬਾਰਡਰ ਤੋਂ ਇੱਧਰ ਵਾਲਾ ਜਿਹੜਾ ਪਾਰਟ ਹੈ ਉਹ ਮੈਂ ਉਸ ਨੂੰ ਕਿਵੇਂ ਕਵਰ ਕਰਨਾ ਹੈ ਸਿਲੈਕਸ਼ਨ ਚ ਕਿਵੇਂ ਕਨਵਰਟ ਕਰਨਾ ਹੈ ਉਸ ਵੀਡੀਓ 'ਚ ਮੈਂ ਐਕਸਪਲੇਨ ਕਰਿਆ ਹੋਇਆ ਹੈ ਰਾਈਟ ਚਲੋ ਜਿਹੜੇ ਵੀ ਹੁਣ ਹਾਲੇ ਵੀ ਪ੍ਰੈਪਰੇਸ਼ਨ ਕਰਨਾ ਚਾਹੁੰਦੇ ਹੋ ਪ੍ਰੈਪਰੇਸ਼ਨ ਚੱਲ ਰਹੀ ਹੈ ਸਬਜੈਕਟ ਜਿਹੜੇ ਤੁਹਾਡੇ ਮਿਸ ਹੋਈਆਂ ਉਹ ਤੁਹਾਡੇ ਰਿਪੀਟ ਹੋ ਜੰਗੇ ਕੋਈ ਈਸ਼ੂਅਲੀ ਗੱਲ ਨਹੀਂ ਹੈ ਉਸ ਦਾ ਦਿਮਾਗ ਚੋਂ ਕ ਅਦਰਵਾਇਸ ਕੰਟੈਂਟ ਸਾਰਾ ਪਈ ਤੁਸੀਂ ਬਸ ਉਸ ਕੰਟੈਂਟ ਨੂੰ ਕੰਪਲੀਟ ਕਰਨਾ ਹੈ ਮਿਹਨਤ ਕਰਨੀ ਹੈ ਅچھے ਤਰੀਕੇ ਨਾਲ ਔਰ ਵਿਕਰਮ ਸਰ ਔਰ ਬੈਸਟ ਟੀਮ ਦੇ ਨਾਲ ਜੁੜ ਕੇ ਆਪਣੀ ਪ੍ਰੋਫੈਸ਼ਨ ਤੁਸੀਂ ਕਰ ਸਕਦੇ ਹੋ ਜਿਹੜੀ ਵੀ ਇੰਟਰਸਟਿਡ ਹੈ ਮੈਨੂੰ ਕਾਲ ਕਰ ਸਕਦੇ ਹੋ ਤੁਸੀਂ ਡਾਇਰੈਕਟਲੀ ਕਿ ਸਰ ਕੀ ਪੜਨਾ ਹੈ ਕਿ ਮੈਨੂੰ ਪੜਨੇ ਮੈਂ ਤਿਆਰੀ ਸਟਾਰਟ ਕਰਨੀ ਹੈ ਹਾਲੇ ਵੀ ਤੁਸੀਂ ਇੰਜੀਨੀਅਰਸ ਕਰੀਪੁਆਇੰਟ ਦੇ ਨਾਲ ਯੂਰਪੀਡਾ ਦੇ ਨਾਲ ਜੁੜ ਕੇ ਆਪਣੀ ਤਿਆਰੀ ਤੁਸੀਂ ਕੰਟੀਨਿਊ ਕਰ ਸਕਦੇ ਹੋ ਰਾਈਟ एवरीवन थैंक यू वेरी मच ਐਂਡ 올 ది ਬੈਸਟ